देखो अज अमान जी असि ऑल पार्टी मीटिंग हिस्सा लैण दे लई पहुंचे हां और मैं समझदा कि एक बहुत वड्डी साजिश है जिहदे तहत अद्धे पंजाब दे उपर गाहे बगाहे जिहड़ा कब्जा है वह केंद्र का करवा दिता गया है। 11 तारीख नूं इह नादरशाही फैसला जिहड़ा कि संहिता दे बिल्कुल उल्ट है ਉਹ ਆਇਆ ਸੀਗਾ ਤੇ ਅੱਜ 25 ਤਰੀਕ ਯਾਨੀ ਕਿ 15 ਦਿਨਾਂ ਬਾਅਦ ਤਾਂ ਸਰਕਾਰ ਸੁੱਤੀ ਪਈ ਜਾਗੀ ਹੈ ਤੇ ਇਹ ਮੀਟਿੰਗ ਬੁਲਾਈ ਹੈ ਜਦ ਕਿ ਇਹ ਇਨਾ ਇੰਪੋਰਟੈਂਟ ਇਸ਼ੂ ਹੈ ਕਿ ਇਮੀਡੀਏਟਲੀ ਮੀਟਿੰਗ ਬੁਲਾਈ ਜਾਣੀ ਚਾਹੀਦੀ ਸੀਗੀ। ਔਰ ਸਭ ਤੋਂ ਵੱਡਾ ਸਵਾਲ ਇਹ ਹੈ ਕਿ 11 ਤਰੀਕ ਨੂੰ ਇਹ ਫੈਸਲਾ ਆਉਂਦਾ ਹੈ ਔਰ ਉਸ ਤੋਂ 6 ਦਿਨ ਪਹਿਲਾਂ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਚਰਨਜੀਤ ਸਿੰਘ ਚੰਨੀ ਸਾਹਿਬ ਦਿੱਲੀ ਜਾਂਦੇ ਨੇ, ਹੋਮ ਮਿਨਿਸਟਰ ਅਮਿਤ ਸ਼ਾਹ ਨੂੰ ਮਿਲਦੇ ਨੇ ਤੇ ਉਹਨਾਂ ਨੂੰ ਡਿਮਾਂਡ ਕਰਦੇ ਨੇ ਕਿ ਇੰਟਰਨੈਸ਼ਨਲ ਬਾਰਡਰ ਹੈ ਜਿਹੜਾ ਉਹ ਪੂਰਨ ਤੌਰ ਦੇ ਉੱਪਰ ਸੀਲ ਕਰ ਦਿੱਤਾ ਜਾਵੇ ਕਿਉਂਕਿ ਡਰੱਗਸ ਔਰ ਜਿਹੜੇ ਵੈਪਨ ਨੇ ਉਹ ਆ ਰਹੇ ਨੇ। ਮੋਬਾਈਲ ਪਿੱਛੇ ਕਰਿਓ ਭਾਜੀ ਕੀ ਦਾ ਇਹ ਕਹਿਣ ਨਾਲ ਦੋ ਗੱਲਾਂ ਤੁਸੀਂ ਐਡਮਿਟ ਕਰ ਲਈਆਂ ਕਿ ਇੱਕ ਪੰਜਾਬ ਦੇ ਵਿੱਚ ਲਾਅ ਐਂਡ ਆਰਡਰ ਦੀ ਸਿਚੁਏਸ਼ਨ ਹੈ ਜਿਹੜੀ ਕੀ ਉਹ ਪੰਜਾਬ ਸਰਕਾਰ ਤੋਂ ਚੰਨੀ ਸਾਹਿਬ ਤੋਂ ਉਹ ਕੰਟਰੋਲ ਨਹੀਂ ਹੋ ਰਹੀ ਹੈਗੀ, ਇਹ ਵੱਡਾ ਸਵਾਲ ਬਣਦਾ ਹੈ। ਔਰ ਦੂਜੀ ਗੱਲ ਅਜਿਹੀ ਕੀ ਗੱਲ ਹੋਈ, ਅਜਿਹੀ ਕੀ ਡੀਲ ਹੋਈ ਜਾਂ ਅਜਿਹਾ ਕੀ ਸੌਦਾ ਹੋਇਆ ਪੰਜਾਬ ਸਰਕਾਰ ਦਾ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਦਾ ਕੇਂਦਰ ਦੇ ਨਾਲ ਕਿ 6 ਦਿਨਾਂ ਬਾਅਦ ਹੀ ਅਜਿਹਾ ਫੈਸਲਾ ਕਰ ਦਿੱਤਾ ਗਿਆ ਕਿ ਜਿਹਦੇ ਨਾਲ ਅੱਧਾ ਪੰਜਾਬ ਹੈ ਉਹਨਾਂ ਦੇ ਕਬਜ਼ੇ ਦੇ ਵਿੱਚ ਕਰ ਦੇ ਦਿੱਤਾ ਜਾਂਦਾ ਹੈ। ਔਰ ਉਸ ਤੋਂ ਵੀ ਵੱਡੀ ਇੰਪੋਰਟੈਂਟ ਗੱਲ ਇਹ ਹੈ ਕਿ ਇਸ ਇੱਕ ਫੈਸਲੇ ਦੇ ਨਾਲ ਕਾਂਗਰਸ ਔਰ ਬੀਜੇਪੀ ਦੀ ਮਾਨਸਿਕਤਾ ਜਿਹੜੀ ਉਹ ਝਲਕਦੀ ਹੈ ਇੱਕ ਬਰਾਬਰ ਹੈ ਕਿਉਂਕਿ 2011 ਦੇ ਵਿੱਚ ਜਦੋਂ ਕਾਂਗਰਸ ਪਾਰਟੀ ਦੀ ਔਰ ਯੂਪੀਏ ਦੀ ਸਰਕਾਰ ਸੀ ਉਸ ਸਮੇਂ ਯੂਪੀਏ ਵੀ ਇੱਕ ਇਹ ਬਿੱਲ ਕਾਨੂੰਨ ਲੈ ਕੇ ਆਈ ਸੀ ਪਾਰਲੀਮੈਂਟ ਦੇ ਵਿੱਚ ਜਿਹਦੇ 'ਚ ਉਹਨਾਂ ਨੇ ਕਿਹਾ ਸੀਗਾ ਕਿ BSF ਨੂੰ ਐਜ਼ ਪਰ ਬਾਰਡਰ ਸਿਕਿਉਰਿਟੀ ਫੋਰਸਿਸ ਐਕਟ 1968 ਦੇ ਤਹਿਤ ਇਹ ਪੂਰੇ ਮੁਲਕ ਦੇ ਵਿੱਚ ਕਿਤੇ ਵੀ ਸੀ ਸਰਚ ਅਰੈਸਟ ਕਰਨ ਦੀਆਂ ਪਾਵਰਾਂ ਜਿਹੜੀਆਂ BSF ਨੂੰ ਦੇ ਦਿੱਤੀਆਂ ਜਾਣ। 2011 'ਚ ਰਾਜ ਸਭਾ 'ਚ ਲੈ ਕੇ ਸਾਰੀਆਂ ਪੋਲੀਟੀਕਲ ਪਾਰਟੀਆਂ ਨੇ ਵਿਰੋਧ ਕੀਤਾ ਅਤੇ ਉਸ ਸਮੇਂ ਚਿਦੰਬਰਮ ਸਾਹਿਬ ਨੇ ਇਹਨੂੰ ਵਿਦਡਰਾਅ ਕੀਤਾ। ਅੱਜ ਉਹੀ 10 ਸਾਲ ਬਾਅਦ BJP ਨੇ ਇਹ ਫੈਸਲਾ ਕਰ ਦਿੱਤਾ। ਸੋ ਸਾਡਾ ਸਵਾਲ ਵੱਡਾ ਅੰਦਰ ਇਹ ਹੋਊਗਾ ਕਿ ਕੀ ਇਹੋ ਜਿਹੀਆਂ ਮਜਬੂਰੀਆਂ ਰਹੀਆਂ ਜਿਹਦੀ ਵਜ੍ਹਾ ਕਰਕੇ ਤੁਸੀਂ ਅੱਧਾ ਪੰਜਾਬ ਹੈ ਜਿਹੜਾ ਉਹ ਕੇਂਦਰ ਸਰਕਾਰ ਨੂੰ ਸੰਭਾਲ ਦਿੱਤਾ, ਇਹ ਪੁੱਛਣਾ ਬਣਦਾ ਕਿਉਂਕਿ ਪੰਜਾਬ ਦੇ ਲੋਕਾਂ ਦਾ ਦੇ ਹਿਊਮਨ ਰਾਈਟਸ ਦੀ ਮੈਂ ਸਮਝਦਾ ਕਿ ਗਾਹੇ ਬਗਾਹੇ BJP ਕਿਉਂਕਿ ਕੇਂਦਰ ਸਰਕਾਰ ਜਿਸ ਤਰੀਕੇ ਦੇ ਪੰਜਾਬ ਦੇ ਵਿੱਚ ਹਾਲਾਤ ਬਣਾ ਰੱਖੇ ਨੇ, ਕਿਸਾਨਾਂ ਦਾ ਦਮਨ ਹੋ ਰਿਹਾ, ਇੱਥੇ ਹਰੇਕ ਵਰਗ ਦੇ ਨਾਲ ਧੱਕਾ ਹੋ ਰਿਹਾ, ਪੋਲੀਟੀਕਲ ਵੈਂਡੇਟਾ ਹੋ ਰਿਹਾ। ਸੋ ਇਹਨਾਂ ਚੀਜ਼ਾਂ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਅਸੀਂ ਇਹ ਸਵਾਲ ਕਰਨਾ ਕਿ ਕੀ ਅਜੇ ਤੁਹਾਡੀਆਂ ਮਜਬੂਰੀਆਂ ਰਹੀਆਂ ਜਿਹਦੀ ਵਜ੍ਹਾ ਕਰਕੇ ਤੁਸੀਂ ਪਹਿਲਾਂ ਇਸ ਫੈਸਲੇ ਦੇ ਨਾਲ ਇੱਕ ਤਰੀਕੇ ਨਾਲ ਡਿਮਾਂਡ ਕਰਕੇ ਉਸ ਤੋਂ ਬਾਅਦ 14 ਦਿਨ ਟੱਪ ਗਏ ਨੇ ਅੱਜ ਅਤੇ ਅੱਜ ਸਰਕਾਰ ਸੁੱਤੀ ਪਈ ਜਾਂਦੀ ਹੈ।